ਬੋਲਦਾ ਪੰਜਾਬ ਲੈ ਕੇ ਤੁਹਾਡਾ ਆਪਣਾ ਹੋਸਟ ਸਰਦਾਰ ਦੀਪਕ ਸਿੰਘ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਬੋਲਦਾ ਪੰਜਾਬ ਦੇਖਦੇ ਹੋਏ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਅਤੇ ਅਸਲਾਮ ਅਲੈਕੁਮ। ਅੱਜ ਦੇ ਜਿਹੜੇ ਪ੍ਰਾਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਤਾਲੁਕ ਭਾਰਤ ਦੇ ਹਮਸਾਇਆ ਮੁਲਕ ਭਾਰਤ ਦੇ ਚੜ੍ਹਦੇ ਪੰਜਾਬ ਤੋਂ ਹੈ। ਅੱਜ ਦੇ ਜਿਹੜੇ ਪ੍ਰਾਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਤਾਲੁਕ ਹਮਸਾਇਆ ਮੁਲਕ ਭਾਰਤ ਦੇ ਚੜ੍ਹਦੇ ਪੰਜਾਬ ਤੋਂ ਹੈ। ਇਹਨਾਂ ਦਾ ਤਾਲੁਕ ਭਾਰਤ ਦੀ ਇੱਕ ਸਿਆਸੀ ਪਾਰਟੀ ਆਮ ਆਦਮੀ ਤੋਂ ਵੀ ਹੈ। ਭੈਣ ਜੀ ਭੁਪਿੰਦਰ ਕੌਰ ਸੰਧੂ ਇਹ ਡਿਸਟ੍ਰਿਕਟ ਫਿਰੋਜ਼ਪੁਰ ਦੇ ਐਕਸ ਪ੍ਰਧਾਨ ਵੀ ਨੇ। ਭੈਣ ਜੀ ਬੋਲਦਾ ਪੰਜਾਬ ਦੇ ਸਾਈਡ 'ਤੇ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮਹਾਂਮਾਰੀ ਪੂਰੀ ਦੁਨੀਆ ਦੇ ਵਿੱਚ, ਕਰੋਨਾ ਮਹਾਂਮਾਰੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਇਸ ਵਕਤ ਭਾਰਤ ਦੇ ਵਿੱਚ ਕੀ ਹਾਲਾਤ ਹਨ ਜੀ ਕਰੋਨਾ ਦੇ? ਜੀ ਮਹਾਂਮਾਰੀ ਮਤਲਬ ਸਾਰੇ ਹਿੰਦੁਸਤਾਨ 'ਚ ਹੀ ਫੈਲੀ ਹੋਈ ਹੈ, ਸਾਰੇ ਵਰਲਡ 'ਚ ਹੀ ਫੈਲੀ ਹੋਈ ਹੈ, ਜੋ ਕਿ ਬੜੀ ਨਾਮਰਾਦ ਬਿਮਾਰੀ ਹੈ। ਇਹਦੇ ਨਾਲ ਜੀ ਇੰਡੀਆ 'ਚ ਤਾਂ ਕਾਫੀ ਮੌਤਾਂ ਹੋਈਆਂ, ਜੋ ਕਿ ਅਸੀਂ ਸਹੀ ਵੇਰਵਾ ਸਾਡੀ ਸਰਕਾਰ ਨਹੀਂ ਦੇ ਰਹੀ, ਪਰ ਅੱਜ ਦੀ ਘੜੀ ਥੋੜੀ ਜਿਹੀ ਰਾਹਤ ਮਿਲੀ ਹੈ ਬਿਮਾਰੀ ਤੋਂ, ਕਾਫੀ ਰਾਹਤ ਅੱਜ ਅਸੀਂ ਕਾਫੀ ਮਤਲਬ ਸਾਡੀ ਸਰਕਾਰ ਨੇ ਚੰਗੇ ਰਿਜ਼ਲਟ ਆਏ ਜੀ। ਹੁਣ ਨੁਕਸਾਨ ਕਾਫੀ ਹੈ। ਅਗਰ ਅਸੀਂ ਭੈਣ ਜੀ ਗੱਲ ਕਰੀਏ ਦਿੱਲੀ ਦੀ, ਤੇ ਦਿੱਲੀ 'ਚ ਕੀ ਹਾਲਾਤ ਹਨ ਜੀ ਕਰੋਨਾ ਦੇ ਇਸ ਟਾਈਮ? ਜੀ ਪਹਿਲਾਂ ਤਾਂ ਬਹੁਤ ਮਾੜੇ ਹਾਲਾਤ ਸੀ, ਸਭ ਨੂੰ ਹੀ ਪਤਾ ਆਪਾਂ ਨੂੰ, ਪਰ ਅੱਜ ਦੀ ਘੜੀ ਕਾਫੀ ਫਰਕ ਹੈ। ਅੱਜ ਅਸੀਂ ਕੋਈ ਮੌਤ ਨਹੀਂ ਸੁਣ ਰਹੇ ਦਿੱਲੀ ਦੀ, ਦਿੱਲੀ 'ਚ ਬਹੁਤ ਜ਼ਿਆਦਾ ਕੰਟਰੋਲ ਹੈ। ਠੀਕ ਹੈ ਭੈਣ ਜੀ, ਪਿਛਲੇ ਕਾਫੀ ਸਮੇਂ ਤੋਂ ਕਿਸਾਨ ਮੋਰਚਾ ਚੱਲ ਰਿਹਾ ਜੀ ਦਿੱਲੀ ਦੇ ਵਿੱਚ, ਕਿਸਾਨ ਮੋਰਚਾ ਚੱਲ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਜੀ ਦਿੱਲੀ 'ਚ ਕਿਸਾਨ ਮੋਰਚਾ ਕਾਫੀ 7 ਮਹੀਨਿਆਂ ਤੋਂ ਚੱਲ ਰਿਹਾ ਜੀ, ਜੋ ਕਿ ਮਤਲਬ ਕਿ ਮੋਦੀ ਸਰਕਾਰ, ਸੈਂਟਰਲ ਸਰਕਾਰ ਜੋ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਵੀ ਜੋ ਉਹਨਾਂ 'ਚ ਸਾਡੀ ਕਿਸਾਨ, ਅਸੀਂ ਇੱਕ ਮਤਲਬ ਕਿ ਸਿੱਖ ਕੌਮ ਤੋਂ ਹੈਗੇ, ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਗੇ ਅਸੀਂ ਵਾਪਸ ਨਹੀਂ ਆਵਾਂਗੇ, ਅਸੀਂ ਮੋਦੀ ਸਰਕਾਰ ਤੋਂ ਆਪਦੀਆਂ ਮੰਗਾਂ ਮਨਾ ਕੇ ਆਵਾਂਗੇ। ਅਸੀਂ ਗੁਰੂ ਗੋਬਿੰਦ ਦੇ ਸਿੱਖ ਦੀ ਕੌਮ ਦੇ ਵਾਰਸ ਹੈ, ਗੁਰੂਆਂ ਨੇ ਵੀ 4 ਬੱਚੇ ਕੌਮ ਲਈ ਸ਼ਹੀਦ ਕੀਤੇ ਹੈ, ਸਾਡੇ ਕਿਸਾਨ ਵੀ ਉੱਥੇ ਬਹੁਤ ਸ਼ਹੀਦ ਹੋ ਰਹੇ ਹੈ, ਜੋ ਕਿ ਸ਼ਹੀਦੀ ਪ੍ਰਾਪਤ ਕਰਕੇ ਵੀ ਅਸੀਂ ਮਤਲਬ ਕਿ ਮਤਲਬ ਆਪਣਾ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਕਰਾਂ। ਸਾਡੀ ਕੌਮ ਦਾ ਇੱਕ ਏਮ ਹੈ ਜੀ ਇਹ ਸਿੱਖ ਕੌਮ। ਭੈਣ ਜੀ ਤੁਹਾਨੂੰ ਕੀ ਲੱਗਦਾ ਜਿਹੜੀ ਮੌਜੂਦਾ ਗਵਰਨਮੈਂਟ ਹੈ ਭਾਰਤ ਦੀ, ਮੋਦੀ ਸਰਕਾਰ, ਉਹ ਜਿਹੜੇ ਮੁਤਾਲਬਾਤ ਨੇ ਕਿਸਾਨਾਂ ਦੇ ਉਹ ਪੂਰੇ ਕਰਨਗੇ ਜੀ, ਮੰਨਣਗੇ? ਮਨਾ ਕੇ ਆਵਾਂਗੇ ਜੇ ਅਸੀਂ 7 ਮਹੀਨੇ ਵੀ ਬਹਿ ਸਕਦੇ ਹਾਂ, ਜਿੰਨਾ ਵੀ ਟਾਈਮ ਸਾਥੋਂ ਬੈਠਾ ਗਿਆ ਅਸੀਂ ਦਿੱਲੀ ਦੇ ਬਾਰਡਰ ਤੇ ਬੈਠਾਂਗੇ, ਅਸੀਂ ਆਪਦੀਆਂ ਜੋ ਵੀ ਮੰਗਾਂ ਪੂਰੀਆਂ ਕਰਾ ਕੇ ਹੀ ਵਾਪਸ ਆਵਾਂਗੇ। ਜੋ ਵੀ 3 ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਹੈ, ਉਹਨਾਂ 'ਚ ਅਸੀਂ ਮਤਲਬ ਮੁੜਨਾ ਨਹੀਂ ਹੈ, ਅਸੀਂ ਵਾਪਸ ਮਤਲਬ ਮਨਾ ਕੇ ਹੀ ਵਾਪਸ ਮੁੜਾ। ਇਸ ਟਾਈਮ ਭੈਣ ਜੀ ਅਗਰ ਅਸੀਂ ਗੱਲ ਕਰੀਏ ਕਿਸਾਨ ਮੋਰਚੇ ਦੀ, ਇਸ ਟਾਈਮ ਕਿੰਨੇ ਕੁ ਆਪਣੀ ਗੁਰਸਿੱਖ ਸੰਗਤ ਉੱਥੇ ਮੋਰਚੇ 'ਚ ਬੈਠੀ ਹੈ ਜੀ? ਬੜੀ ਸੰਗਤ ਬੈਠੀ ਹੈ, ਜੋ ਅਸੀਂ ਗਿਣਤੀ ਨਹੀਂ ਕਰ ਸਕਦੇ। ਸਾਡੀ ਸੰਗਤ ਆ ਜਾਂਦੀ ਹੈ ਵਾਪਸ, ਮਤਲਬ ਕਿ ਜਿਹਨਾਂ ਨੂੰ ਕੰਮ ਹੁੰਦਾ ਉਹ ਵਾਪਸ ਆ ਜਾਂਦੇ ਹੈ, ਬਾਕੀ ਫਿਰ ਵਾਪਸ ਚਲੇ ਜਾਂਦੇ। ਬੜੀ ਸੰਗਤ ਬੈਠੀ ਹੈ ਜੀ ਉੱਥੇ, ਬਹੁਤ ਜ਼ਿਆਦਾ ਸੰਗਤ ਬੈਠੀ ਹੈਗੀ। ਤੁਸੀਂ ਭੈਣ ਜੀ ਆਮ ਆਦਮੀ ਪਾਰਟੀ ਦੇ ਐਕਸ ਡਿਸਟ੍ਰਿਕਟ ਫਿਰੋਜ਼ਪੁਰ ਦੇ ਪ੍ਰਧਾਨ ਵੀ ਰਹੇ, ਤੁਸੀਂ ਐਸਾ ਕੀ ਦੇਖਿਆ ਇਸ ਪਾਰਟੀ ਨੂੰ ਜਿਹੜਾ ਤੁਸੀਂ ਏਸੀ ਪਾਰਟੀ ਨੂੰ ਜੁਆਇਨ ਕੀਤਾ? ਜੀ ਮੈਨੂੰ 14 ਤੋਂ ਜਦੋਂ ਕੇਜਰੀਵਾਲ ਸਰਕਾਰ ਆਈ ਹੈ, ਮੈਂ ਇੱਕ ਹਾਊਸ ਵਾਈਫ ਹੈ, ਮੈਂ ਘਰੇ ਬੈਠੀ ਨੇ ਕੇਜਰੀਵਾਲ ਦੀਆਂ ਕਾਫੀ ਸਿਫਤਾਂ ਸੁਣੀਆਂ, ਜੋ ਕਿ ਮੈਨੂੰ ਉਹਨਾਂ ਦੀ ਮਤਲਬ ਕਿ ਜੋ ਉਹਨਾਂ ਦੀ ਸੋਚ ਸੀ ਬੜੀ ਚੰਗੀ ਲੱਗੀ। ਫਿਰ ਵੀ ਮਤਲਬ ਅਸੀਂ ਅਕਾਲੀ ਕਾਂਗਰਸ ਨੂੰ ਬਹੁਤ ਵੇਖਿਆ ਸੀਗਾ, ਮੈਂ ਕੇਜਰੀਵਾਲ ਦੀ ਸੋਚ ਤੇ ਜੋ ਕਿ ਉਹ ਕੰਮ ਕਰ ਰਹੇ ਆ,
ਅੱਜ ਪਹਿਲਾਂ ਤਾਂ ਅਸੀਂ ਸੋਚ ਨਾਲ ਜੁੜੇ ਸੀਗੇ ਕਿਉਂ ਕੰਮ ਤਾਂ ਅਸੀਂ ਬਾਅਦ ਚ ਕਰਨ ਲੱਗੇ ਹਾਂ ਕੇਜਰੀਵਾਲ ਦੀ ਸਰਕਾਰ ਆਉਣ ਤੋਂ ਪਹਿਲਾਂ ਕੇਜਰੀਵਾਲ ਦੀ ਚੰਗੀ ਸੋਚ ਨਾਲ ਜੁੜੇ ਸੀ ਅਸੀਂ ਠੀਕ ਹੈ ਅੱਜ ਜੋ ਦਿੱਲੀ ਚ ਕੰਮ ਕਰ ਰਹੀ ਹੈ ਉਹ ਸਾਨੂੰ ਬਹੁਤ ਚੰਗੇ ਲੱਗ ਰਹੇ ਭੈਣ ਜੀ ਆਮ ਆਦਮੀ ਪਾਰਟੀ ਆਮ ਆਦਮੀ ਲਈ ਕੀ ਕਰ ਰਹੀ ਹੈ ਜੀ ਆਮ ਆਦਮੀ ਪਾਰਟੀ ਆਮ ਆਦਮੀ ਲਈ ਜੋ ਸਹੂਲਤਾਂ ਦੇਖੋ ਜੀ ਦਿੱਲੀ ਚ ਪੰਜਾਬ ਚ ਤਾਂ ਸਰਕਾਰ ਨਹੀਂ ਹੈ ਪੰਜਾਬ ਚ ਤਾਂ ਕਾਂਗਰਸ ਦੀ ਸਰਕਾਰ ਹੈ ਦਿੱਲੀ ਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਕਿ ਸਹੂਲਤਾਂ ਮਤਲਬ ਕਿ ਦੇ ਰਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਐਜੂਕੇਸ਼ਨ ਵਾਸਤੇ ਚੰਗੇ ਸਕੂਲ ਹੈ ਚੰਗੀ ਸਟੱਡੀ ਹੋ ਰਹੀ ਹੈ ਫਿਰ ਹੈਲਥ ਲਈ ਹੈ ਵੀ ਇਲਾਜ ਫਰੀ ਹੋ ਰਿਹਾ ਹੈ ਹਰ ਮਤਲਬ ਕਲੀਨਿਕ ਖੋਲੇ ਰਹੇ ਮੁਹੱਲਾ ਕਲੀਨਿਕ ਖੋਲੇ ਹੈ ਵੀ ਜਿੱਥੇ ਹਰ ਬੰਦੇ ਨੂੰ ਵੀ ਮਤਲਬ ਕਿ ਜੋ ਕਿ ਆਪਾਂ ਵੱਡੇ ਛੋਟੀ ਬਿਮਾਰੀ ਦਾ ਇਲਾਜ ਆਪਾਂ ਕਲੀਨਿਕ ਤੇ ਦਵਾਈ ਲੈ ਸਕਦੇ ਹਾਂ ਵੱਡੇ ਵੱਡੇ ਇਲਾਜ ਵੱਡੇ ਵੱਡੇ ਹਸਪਤਾਲ ਚ ਫਰੀ ਚੱਲ ਰਹੇ ਹੈ ਫਿਰ ਵੀ ਬਿਜਲੀ ਸਸਤੀ ਹੈ ਹਰ ਚੀਜ਼ ਦੀ ਸਹੂਲਤ ਹੈ ਵੀ ਉਹਨਾਂ ਨੂੰ ਲੱਗਦਾ ਵੀ ਸਾਡਾ ਇੱਕ ਬੱਚਾ ਜੋਬ ਕਰ ਰਿਹਾ ਇੰਨੀਆਂ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਜੀ ਆਮ ਆਦਮੀ ਪਾਰਟੀ ਦਾ ਮੁਸਤਕਬਿਲ ਦਾ ਕੀ ਪਲਾਨ ਹੈ ਜੀ ਜੀ ਸਾਡਾ ਇਹੀ ਪਲੈਨ ਹੈ ਜੀ ਐਜੂਕੇਸ਼ਨ ਲਾ ਜੋ ਚੰਗੀ ਐਜੂਕੇਸ਼ਨ ਹੋਵੇ ਬੱਚੇ ਪੜ੍ਹ ਸਿੱਖ ਪੜ੍ਹ ਚੰਗੇ ਐਜੂਕੇਸ਼ਨ ਮਿਲ ਸਕੇ ਚੰਗੀ ਹੈਲਥ ਮਿਲ ਸਕੇ ਮਤਲਬ ਕਿ ਬਿਜਲੀ ਦੇ ਬਿੱਲ ਘੱਟ ਹੋ ਜਾਣ ਮਤਲਬ ਕਿ ਪੰਜਾਬ ਚ ਕੇਜਰੀਵਾਲ ਹੁਣੇ ਆ ਕੇ ਗਏ ਪੰਜਾਬ ਚ ਸ਼ਾਇਦ ਪਤਾ ਹੀ ਹੋਊਗਾ ਸਾਰਿਆਂ ਨੂੰ ਕਿ ਜੋ ਕਿ ਇੱਕ ਉਹ ਮਤਲਬ ਕਿ ਦੇ ਕੇ ਗਏ ਆ ਸਾਨੂੰ ਕਹਿ ਕੇ ਗਏ ਜੋ ਸਰਕਾਰ ਆਊਗੀ ਬਿਜਲੀ ਦੇ ਬਿੱਲ 300 ਯੂਨਿਟ ਫਰੀ ਕੀਤੀ ਜਾਊਗੀ ਮਤਲਬ ਪਿਛਲੇ ਬਿੱਲ ਮਾਫ਼ ਕੀਤੇ ਜਾਣਗੇ 24 ਘੰਟੇ ਲਾਈਟ ਰਹੂਗੀ ਅਸੀਂ ਜੀ ਪਿੰਡਾਂ 'ਚ ਜਾਂਦੇ ਬਹੁਤ ਛੋਟੇ ਘਰ ਹੈ ਜੋ ਬਿਨਾਂ ਬਿਜਲੀ ਤੋਂ ਉੱਥੇ ਰਹਿਣਾ ਬੜਾ ਮੁਸ਼ਕਲ ਹੈ ਜੇ 24 ਘੰਟੇ ਬਿਜਲੀ ਆਊਗੀ ਚਲ ਪੱਖਾ ਚੱਲੂਗਾ ਗਰੀਬਾਂ ਦੇ ਕੂਲਰ ਚੱਲਣਗੇ ਜੋ ਕਿ ਉਹਨਾਂ ਸੁੱਖ ਦਾ ਰਾਤ ਤਾਂ ਸੌਖੀ ਕੱਟਣਗੇ ਜੀ ਉਹ ਲੇਬਰ ਕਰਦੇ ਹਾਂਜੀ ਦਿੱਲੀ ਦੇ ਵਿੱਚ ਭੈਣ ਜੀ ਬਿਜਲੀ ਫਰੀ ਹੈ ਹਾਂਜੀ ਬਿਜਲੀ ਫਰੀ ਹੈ ਜੀ 200 ਯੂਨਿਟ ਬਿਜਲੀ ਫਰੀ ਹੈ ਜੀ ਓਕੇ 200 ਯੂਨਿਟ ਤੋਂ ਬਾਅਦ ਫਿਰ ਬਿੱਲ ਆਏਗਾ ਹਾਂਜੀ ਉਹ ਫਿਰ 200 ਯੂਨਿਟ ਤੋਂ ਗਾ ਹਾਫ ਹੈ ਜੀ ਓਕੇ ਜੀ ਇਸ ਕਰਕੇ ਉਹਨੇ ਪੰਜਾਬ ਚ 300 ਕਰਤੀ ਲੋਕ ਇਹੀ ਕੇਜਰੀਵਾਲ ਜੀ ਕਹਿ ਕੇ ਗਏ ਹੈ ਵੀ ਸ਼ਾਇਦ ਤੁਸੀਂ ਪੁੱਛੋਗੇ ਵੀ ਪੰਜਾਬ ਚ 300 ਹੈ ਤੇ ਦਿੱਲੀ ਚ 200 ਕੀ ਹੈ ਉਹਨਾਂ ਦਾ 100 ਜਿਹੜਾ ਉਹ ਹਾਫ ਤੇ ਹੈ ਠੀਕ ਹੈ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬਿਜਲੀ 300 ਯੂਨਿਟ ਤੱਕ ਫਰੀ ਹੈ ਜੀ ਹਾਂਜੀ ਹਾਂਜੀ 300 ਯੂਨਿਟ ਫਰੀ ਹੈ ਜੀ ਤੇ 24 ਘੰਟੇ ਦੇਣਗੇ ਜੀ ਜੋ ਸਾਡੀ ਸਰਕਾਰ ਆ ਠੀਕ ਹੈ ਆਮ ਆਦਮੀ ਪਾਰਟੀ ਦਾ ਕਿਸਾਨ ਮੋਰਚੇ ਬਾਰੇ ਕੀ ਮੌਕਫ ਹੈ ਭੈਣ ਜੀ ਜੀ ਅਸੀਂ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਪਹਿਲੇ ਦਿਨ ਤੋਂ ਹੀ ਖੜੀ ਹੈ ਦਿੱਲੀ ਚ ਕੇਜਰੀਵਾਲ ਨੇ ਮਤਲਬ ਜੋ ਉਹਨਾਂ ਨੂੰ ਸਹੂਲਤਾਂ ਦੇਣੀਆਂ ਸੀ ਲੰਗਰ ਦੀ ਦਿੱਤੀ ਹੈ ਮੈਡੀਸਨ ਦੀ ਦਿੱਤੀ ਹੈ ਆਪਣੇ ਮਤਲਬ ਕਾਫੀ ਸਹੂਲਤਾਂ ਪਾਣੀ ਦੀ ਦਿੱਤੀ ਹੈ ਸਾਰੀਆਂ ਸਹੂਲਤਾਂ ਕੇਜਰੀਵਾਲ ਨੇ ਉੱਥੇ ਦਿੱਤੀਆਂ ਜਿੰਨੀਆਂ ਵੀ ਉਹ ਦੇ ਸਕਦੇ ਸੀ ਕਿਸਾਨ ਮੋਰਚੇ ਦੇ ਵਿੱਚ ਅਗਰ ਅਸੀਂ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਜਿਹੜਾ ਉਹਦੇ ਆਮ ਆਦਮੀ ਪਾਰਟੀ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਸਿੰਘ ਭਰਾ ਬੈਠੇ ਨੇ ਉਹਨਾਂ ਨੂੰ ਲੰਗਰ ਪਾਣੀ ਤੇ ਲੰਗਰ ਪਾਣੀ ਹਰ ਚੀਜ਼ ਪ੍ਰੋਵਾਈਡ ਕਰ ਰਹੀ ਹੈ ਜੀ ਹਾਂਜੀ ਹਾਂਜੀ ਲੰਗਰ ਦੇ ਰਹੀ ਹੈ ਜੀ ਮੈਡੀਸਨ ਦੇ ਰਹੀ ਹੈ ਹਰ ਚੀਜ਼ ਪਾਣੀ ਦੀ ਸਹੂਲਤ ਦੇ ਰਹੀ ਹੈ ਮੇਨ ਸਹੂਲਤ ਸਭ ਦੇ ਰਹੀ ਹੈ ਜੀ ਉਹਨਾਂ ਦਿੱਲੀ ਸਰਕਾਰ ਸਭ ਸਹੂਲਤਾਂ ਦੇ ਰਹੀ ਹੈ ਕਿਸਾਨਾਂ ਨੂੰ ਠੀਕ ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ ਵਕਤ ਦੇਣ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਰਦੀ ਹੈ ਜਿਹਨਾਂ ਨੇ ਇੰਨਾ ਟਾਈਮ ਦਿੱਤਾ ਮੇਰੀ ਇੰਨੀ ਇੱਜ਼ਤ ਕੀਤੀ ਮੈਂ ਤੁਹਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਪਣਾ ਪਿਆਰ ਐ ਬਣਿਆ ਰਵੇ ਮੈਂ ਹਮੇਸ਼ਾ ਦੁਆ ਕਰਦੀ ਹਾਂ ਤੁਹਾਡੇ ਲਈ ਸਾਰਿਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.